ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮਾਘ ਮਹੀਨੇ ਦੀ ਸੰਗਰਾਂਦ ਹੈ। ਮਾਘ ਮਜਨ ਸੰਗ ਸਾਧੂਆਂ ਧੂੜੀ ਕਰੇ ਇਸ਼ਨਾਨ। ਸਤਿਗੁਰੂ ਜੀ ਕਹਿੰਦੇ ਨੇ, ਮਾਘ ਦੇ ਮਹੀਨੇ ਵਿੱਚ ਤੂੰ ਚੁੱਭੀ ਲਾ ਸੰਤਾਂ ਦੇ ਬਚਨਾਂ ਦੇ ਰੂਪੀ। ਉਹ ਜਿਹੜਾ ਤੀਰਥ ਹੈ ਉਸ ਦੇ ਵਿੱਚ ਨਹਾਓ। ਗੁਰਬਾਣੀ ਦੇ ਬਚਨ ਜਦ ਸਾਧੂ ਸੁਣਾਉਂਦੇ ਨੇ ਅਤੇ ਉਹ ਮਨ ਦਾ ਇਸ਼ਨਾਨ ਕਰਵਾ ਦਿੰਦੇ ਨੇ। ਅਤੇ ਪਾਤਸ਼ਾਹ ਜੀ ਕਹਿੰਦੇ ਨੇ, ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰਦਾਨ। ਸਾਧੂ ਜਨਾਂ ਦੇ ਨਾਲ ਜਦੋਂ ਬੈਠਾਂਗੇ, ਪਰਮੇਸ਼ੁਰ ਦਾ ਨਾਮ ਸਿਮਰਨ ਵਿੱਚ ਆਪਣੇ ਆਪ ਹੀ ਹੋ ਜਾਂਦਾ ਸਿਮਰਨ, ਅਤੇ ਸੁਣਿਆ ਵੀ ਜਾਂਦਾ। ਸੁਣਨ ਦਾ ਵੀ ਬੜਾ ਪਰਮਾਰਥ ਹੈ। ਇਸ ਕਰਕੇ ਮਾਘ ਮੰਜਨ ਸਾਧੂਆਂ ਨੂੰ ਇਸ ਕਰਕੇ ਸੰਗਤ ਕਰਨ ਲਈ ਕਿਹਾ ਸਾਧੂਆਂ ਦੀ, ਤਾਂ ਕਿ ਇਹ ਮਹੀਨਾ ਲਗਾਤਾਰ ਸੰਗਤ ਜਿਹੜੀ ਹੈ ਇਹ ਸਿਮਰਨ ਸੇਵਾ ਸਤਸੰਗ ਵਿੱਚ ਸਭ ਤੋਂ ਮਹੱਤਵਪੂਰਨ ਮਹੀਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।